geldi. ਐਪਲ ਦਾ ਫੋਨ ਆ ਕਿਵੇਂ ਨਹੀਂ ਆਣੀ ਐਪਲ ਨੂੰ ਸਾਰਿਆਂ ਨੂੰ ਐਪਲ ਫੜਾਉਂਗਾ ਸਰਕਾਰਾਂ ਜਦੋਂ ਜਾਣ ਦਾ ਸਮਾਂ ਹੁੰਦਾ ਸੀ 3-4 ਸਾਲ ਤੋਂ ਬਾਅਦ ਇਹ ਕੰਮ ਹੁੰਦੇ ਹੁੰਦੇ ਸਨ ਉਹਨਾਂ ਦੇ ਵਿਚਾਰ ਸੁਣੋ ਜੋ ਆਪਣੀਆਂ ਟਵਾਣਾ ਕਰਾਉਣੀਆਂ ਗਲੀਆਂ ਦਾ ਅੱਜ ਉਦਘਾਟਨ ਤੇ 1.5 ਸਾਲ ਦੇ ਵਿੱਚ ਵੀ ਇਹਨੂੰ ਅਣਥੱਕ ਕੰਮ ਹੋ ਰਹੇ ਹਨ ਥਾਂ ਥਾਂ ਤੇ ਕਿਤੇ ਨਹਿਰਾਂ ਪੱਕੀਆਂ ਹੋ ਰਹੀਆਂ ਹਨ ਕਿਤੇ ਸੜਕਾਂ ਬਣ ਰਹੀਆਂ ਹਨ ਇੱਥੇ ਗੱਬੇ ਜਿਹੇ ਰੱਖਦੇ ਇੱਥੇ ਥੱਲੇ ਇਹੋ ਜਿਹੇ ਇੱਧਰ ਰੱਖਦੇ ਆਪਾਂ ਜਿਹੜੇ ਜਿਵੇਂ 25 ਤੋਂ ਫੁੱਟ ਸੜਕ ਪਿਆ ਇਹਦਾ ਕਰਨਾ ਬਹੁਤ ਮੁਸ਼ਕਿਲ ਬਣੀ ਇਹ ਵੀ ਜਿੰਨੀਆਂ ਵੀ ਗਲੀਆਂ ਜਿਹੜੀਆਂ ਦੋ ਗਲੀਆਂ ਤਸੀਲੇ ਪੈਣ ਵਾਲਾ ਸੀਗਾ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਭੰਡੀ ਪ੍ਰਚਾਰ ਬਹੁਤ ਸਿੱਖਾਂ ਤੇ ਚੱਲਣ ਕਰਕੇ ਸਾਨੂੰ ਇਹ ਲੱਗਦਾ ਸ਼ਾਇਦ ਕੰਮ ਹੀ ਨਹੀਂ ਹੋ ਰਿਹਾ ਇਹਨਾਂ ਦਾ ਕੰਮ ਹੈ ਕਿ ਕੰਮ ਕਰਨਾ ਹੈ ਆਪਣੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਐਡਵੋਕੇਟ ਹੈ ਜੀ ਮੈਂ ਟਿਵਾਣਾ ਨਿਕਲੇ ਵੈਲਫੇਅਰ ਸੁਸਾਇਟੀ ਦੇ ਵਿੱਚ ਸੈਕਟਰੀ ਹਾਂ ਕੀ ਕਹਿਣਾ ਚਾਹੋਗੇ ਅੱਜ ਐਮਐਲਏ ਸਾਹਿਬ ਵੱਲੋਂ ਜਿਹੜੀ ਇਸ ਸੜਕ ਦਾ ਉਦਘਾਟਨ ਕਰਦੇ ਹਾਂ ਐਮਐਲਏ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਅੱਜ ਸਾਡੀ ਕਲੋਨੀ ਦੇ ਵਿੱਚ ਸੜਕਾਂ ਦਾ ਉਦਘਾਟਨ ਕੀਤਾ ਹੈ 2500 ਫੁੱਟ ਸੜਕ ਕਹਿੰਦੇ ਨੇ ਕਿ ਪਾਸ ਕੀਤੀ ਆ ਅਸੀਂ ਅਤੇ ਜਿਹੜੀਆਂ ਉਸ ਤੋਂ ਇਲਾਵਾ ਜਿਹੜੀਆਂ ਸੜਕਾਂ ਰਹਿੰਦੀਆਂ ਨੇ ਉਹ ਵੀ ਕਹਿੰਦੇ ਬੜੀ ਜਲਦੀ ਕਰਵਾ ਦਾਂਗੇ ਨਾਲ ਹੀ ਨਾਲ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਸਤਪਾਲ ਜੀ ਦਾ ਜਿਨ੍ਹਾਂ ਦੇ ਉੱਦਮ ਸਦਕਾ ਹੀ ਇਹ ਐਮਐਲਏ ਸਾਹਿਬ ਨੂੰ ਇਹਨਾਂ ਨੂੰ ਮੌਕਾ ਦਿਖਾਇਆ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਹ ਠੀਕ ਨਹੀਂ ਹੈਗੀਆਂ ਸੜਕਾਂ ਅਤੇ ਇਹਨਾਂ ਨੂੰ ਬਣਵਾਉਣਾ ਹੈਗਾ ਇੱਥੇ ਸੀਵਰੇਜ ਵੀ ਰਹਿੰਦਾ ਹੈਗਾ ਸੀਗਾ ਉਹ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਰਹਿੰਦਾ ਜਿਨ੍ਹਾਂ ਗਲੀਆਂ ਦੇ ਵਿੱਚ ਉਹ ਵੀ ਅਸੀਂ ਪਵਾ ਕੇ ਦੇਵਾਂਗੇ ਕੁਛ ਗਲੀਆਂ ਦੇ ਵਿੱਚ ਪਾਣੀ ਦੀ ਵੀ ਹੈਗੀ ਹੈ ਉਹ ਵੀ ਉਹਨਾਂ ਨੇ ਭਰੋਸਾ ਦਵਾਇਆ ਵੀ ਕਰਾਵਾਂਗੇ ਅਸੀਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਮੇਤ ਸਿੰਘ ਹੈ ਜੀ ਇੰਸਪੈਕਟਰ ਹਾਂ ਮੈਂ ਰਿਟਾਇਰਡ ਅੱਜ ਐਮਐਲਏ ਸਾਹਿਬ ਆਏ ਆ ਜੀ ਕੀ ਐਸੋਸੀਏਸ਼ਨ ਦੇ ਗਏ ਤੁਹਾਨੂੰ ਅੱਜ ਐਮਐਲਏ ਸਾਹਿਬ ਆਏ ਨੇ ਜੀ ਜੋ ਸਾਡੀਆਂ ਮੰਗਾਂ ਸੀ ਸੜਕਾਂ ਦੀਆਂ ਸੀ ਸੀਵਰੇਜ ਦੀਆਂ ਸੀਗੀਆਂ ਅਤੇ ਉਹ ਸਾਨੂੰ ਪੂਰਾ ਵਿਸ਼ਵਾਸ ਦਵਾ ਕੇ ਗਏ ਨੇ ਕਿ ਅਸੀਂ ਤੁਹਾਡਾ ਸਾਰਾ ਜਿਹੜੀਆਂ ਸੜਕਾਂ ਅਤੇ ਸੀਵਰੇਜ ਦਾ ਅਸੀਂ ਸਾਰਾ ਮਸਲੇ ਹੱਲ ਕਰਕੇ ਦੇਵਾਂਗੇ ਕਿੰਨੀ ਕੁ ਫੁੱਟ ਸੜਕ ਪਾਸ ਹੋਈ ਹੈ ਹੁਣ ਤੱਕ 2500 ਫੁੱਟ ਜਿਹੜੀ ਪਾਸ ਹੋਈ ਹੈ ਜੀ ਬਾਕੀ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਕੰਮ ਚੱਲ ਪਿਆ ਤਾਂ ਅਸੀਂ ਨਾਲ ਸਰ ਸੀਵਰ ਰਹਿ ਕੇ ਉਹਨਾਂ ਦੇ ਕੀ ਐਸੋਸੀਏਸ਼ਨ ਦੇ ਗਏ ਆ ਉਹ ਕਹਿੰਦੇ ਸੀਵਰੇਜ ਪਾਵਾਂਗੇ ਜੀ ਸੀਵਰੇਜ ਪਾਵਾਂਗੇ ਅਸੀਂ ਸਾਰਾ ਕੰਮ ਸਟੈਪ ਬਾਈ ਸਟੈਪ ਕਰਾਂ ਸੜਕਾਂ ਦੀ ਸੀ ਉਹਦਾ ਅੱਜ ਉਦਘਾਟਨ ਕਰਕੇ ਗਏ ਹੈ ਔਰ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਵੀ ਜਿਹੜੀਆਂ ਸੜਕਾਂ ਦੇ ਵਿੱਚ ਸੀਵਰੇਜ ਦੀ ਦਿੱਕਤ ਹੈਗੀ ਹੈ ਸੀਵਰੇਜ ਨਹੀਂ ਪਿਆ ਮੈਂ ਉਹ ਵੀ ਜਲਦ ਹੀ ਇਹਨੂੰ ਪੂਰਾ ਕਰਾ ਦਾਂਗਾ ਕਿੰਨੇ ਫੁੱਟ ਸੜਕਾਂ ਪਾਸ ਹੋਈ ਹੈ ਤੇ ਪੂਰੀ ਕਲੋਨੀ ਦੀ ਪਾਸ ਹੋਈ ਹੈ ਕਿ ਅਦਵਤਾ ਲਿਆ ਜੇ ਇਹ ਹਲੇ ਤਕਰੀਬਨ 2500 ਫੁੱਟ ਦਾ ਕਹਿ ਰਿਹਾ ਵੀ 2500 ਫੁੱਟ ਪਾਸ ਹੋਈ ਹੈ ਜਿਹੜੀ ਥੋੜ੍ਹਾ ਜਿਹਾ ਏਰੀਆ ਰਹਿ ਜਾਏਗਾ ਉਹ ਇਹ ਸਾਨੂੰ ਭਰੋਸਾ ਦਵਾ ਕੇ ਗਏ ਜਿਹੜਾ ਥੋੜ੍ਹਾ ਜਿਹਾ ਏਰੀਆ ਰਹਿ ਜਾਏਗਾ ਮੈਨੂੰ ਵੀ ਜਲਦ ਹੀ ਕੰਪਲੀਟ ਕਰਾ ਦਿਆਂਗਾ ਸਟਰੀਟ ਲਾਈਟਾਂ ਦੀ ਮੰਗ ਤੁਸੀਂ ਰੱਖੀ ਹੈ ਆਪਣੀ ਕੀ ਉਹਨਾਂ ਸੈਸ਼ਨ ਦਵਾਇਆ ਸਟਰੀਟ ਲਾਈਟਾਂ ਦਾ ਉਹ ਕਹਿੰਦੇ ਵੀ ਇਹ ਬਾਅਦ 'ਚ ਲਵਾਵਾਂਗੇ ਸੋਲਰ ਵਾਲੀ ਲਵਾਵਾਂਗੇ
ਡਾਕਟਰ ਸਾਹਿਬ ਕਈ ਦਿਨਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਅੱਜ ਕਲੋਨੀ ਵਾਸੀ ਨੂੰ, ਅੱਜ ਤੁਸੀਂ ਬਾਂਹ ਫੜੀ ਹੈ, ਕਲੋਨੀ ਵਾਸੀ ਦੇ ਸੜਕ ਬਣਨ ਜਾ ਰਹੀ, ਕੀ ਕਹਿਣਾ ਚਾਹੋਗੇ? ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਬਈ ਇਹਨਾਂ ਦਾ ਜਿਹੜਾ ਅੱਜ ਗੁਰਪੁਰਬ ਵਾਲੇ ਦਿਨ ਵੈਸੇ ਸ਼ਹੀਦੀ ਦਿਨ ਆ, ਇਹਨਾਂ ਨੂੰ ਇਹ ਸੜਕ ਦਾ ਉਦਘਾਟਨ ਕਰਨ ਲੱਗੇ ਹਾਂ। ਪਹਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਵੀ ਇਹਨਾਂ ਨੇ ਮੈਨੂੰ MLA ਬਣਾਇਆ। ਉਹ ਤੋਂ ਬਾਅਦ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਜਦੋਂ ਵੀ ਤੁਸੀਂ ਕੋਈ ਪਲਾਟ ਲੈਂਦੇ ਹੋ ਵੈਸੇ ਕਲੋਨੀ ਪਾਸ 'ਚ ਜੇ ਲਿਆ ਕਰੋ ਤਾਂ ਦਿੱਕਤਾਂ ਮੇਰਾ ਖਿਆਲ ਆਉਣਗੀਆਂ ਨਾ, ਪਰ ਇਹ ਥੋੜ੍ਹਾ ਜਿਹਾ ਕਲੋਨੀ ਅਨਪਰੂਵਡ ਜਿਹੜੀ ਕਲੋਨੀ ਹੁੰਦੀ ਉਹ 'ਚ ਡਿਵੈਲਪਮੈਂਟ ਕਰਨੀ ਬਹੁਤ ਔਖੀ ਹੋ ਜਾਂਦੀ, ਪਰ ਇਹ ਆ ਵੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ। ਇਹ ਸਾਰੀਆਂ ਸੜਕਾਂ ਅਤੇ ਜਿਹੜੇ ਸੀਵਰੇਜ ਆ ਜਿੰਨੇ ਵੀ ਕੰਮ ਆ ਇਹਨਾਂ ਨੂੰ ਮੈਂ ਕਰਾ ਕੇ ਦਊਂਗਾ, ਇਹਨਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਮੈਂ ਪੂਰਾ ਕਰਕੇ ਦਊਂਗਾ। ਸੀਟੇਟ ਦੀ ਮੰਗ ਰੱਖੀ ਜਾ ਰਹੀ ਹੈ, ਪਹਿਲਾਂ ਲੈਟਾਂ ਬਣਾ ਲਈਏ ਨਾ, ਪਹਿਲਾਂ ਸੜਕਾਂ ਬਣਾ ਲਈਏ, ਉਦੋਂ ਬਾਅਦ ਪਾਣੀ ਦਾ ਸੀਵਰੇਜ ਦਾ ਕਰ ਲਈਏ, ਸੜਕਾਂ ਫਿਰ ਹੁਣ ਲੈਟਾਂ ਫਿਰ ਲਵਾਵਾਂਗੇ। ਹੁਣ ਜੇ ਪਹਿਲਾਂ ਲੈਟਾਂ ਲਵਾ ਦਈਏ ਤੇ ਨਾਲੇ ਇਹ ਗਾਣਾ ਖਾਣਗੇ ਨਾਲੇ ਮੈਂ। ਭਗਵੰਤ ਮਾਨ ਸਾਹਿਬ 43 ਸੇਵਾਵਾਂ ਦੀ ਘਰ ਬੈਠੇ ਲਿਖਿਆ, ਕਿਵੇਂ ਦਾ ਲੋਕਾਂ ਦਾ ਇਸ਼ਾ ਇਸ ਟਾਈਮ? ਬਹੁਤ ਵਧੀਆ, ਲੋਕ ਵੀਡੀਓ ਪਾ ਰਹੇ ਨੇ, ਜਦੋਂ ਅਗਲਾ ਉਸ ਚੀਜ਼ ਨੂੰ ਆਪਣੇ ਮੋਬਾਈਲ 'ਤੇ ਐਪ ਲੋਡ ਕਰਕੇ ਜਦੋਂ ਆਪਣਾ ਜਿਹੜਾ ਵੀ ਕੋਈ ਕੰਮ ਆ ਉਹਦੇ 'ਤੇ ਅਪਲੋਡ ਕਰਦਾ, ਉਹਦੇ ਘਰ ਜਦੋਂ ਕੋਈ ਮੁਲਾਜ਼ਮ ਜਾ ਕੇ ਉਹਦਾ ਜਿਹੜੇ ਕਾਗਜ਼ ਪੱਤਰ ਲੈ ਕੇ ਅਪਲੋਡ ਕਰਦੇ ਨੇ, ਉਹ ਦਿਖਾਉਂਦੇ, ਹੁਣ ਲੋਕ ਕਾਫੀ ਲੋਕਾਂ ਨੂੰ ਸਹੂਲਤ ਹੋ ਗਈ। ਜਿਹੜੇ ਜਿਹੜੇ ਵਾਅਦੇ ਕੀਤੇ ਸੀ ਸਟੈਪ ਬਾਈ ਸਟੈਪ ਉਹ ਸਾਰੇ ਪੂਰੇ ਹੋ ਜਾਣਗੇ। ਤੁਸੀਂ ਦੂਜੀਆਂ ਸਰਕਾਰਾਂ ਦੇਖੀਆਂ ਸੀ ਵੀ ਜਦੋਂ ਕੰਮ ਨਿਬੜਨ ਵਾਲਾ ਹੁੰਦਾ ਸੀ ਸਾਲ ਡੇਢ ਪਹਿਲਾਂ ਆਣ ਕੇ ਲੋਕਾਂ ਨੂੰ ਸ਼ਕਲ ਵਿਖਾਉਂਦੇ ਹੁੰਦੇ ਸੀ ਅਤੇ ਕੰਮਾਂ ਕਾਰਾਂ ਦੀ ਗੱਲ ਕਰਦੇ ਨੇ, ਅਗਲੇ ਫਿਰ ਉਹੀ ਗੱਲ ਕਹਿ ਕੇ ਪੱਲਾ ਝਾੜ ਦਿੰਦੇ ਨੇ ਵੀ ਅਗਲੀ ਵਾਰੀ ਦੇਖਾਂਗੇ। ਅਤੇ ਅਸੀਂ ਲੋਕਾਂ ਨਾਲ ਇੱਕ ਵਾਅਦਾ ਕੀਤਾ ਵੀ ਜੇ ਤੁਹਾਡਾ ਕੁਛ ਕਰਵਾਵਾਂਗੇ ਤਾਂ ਵੋਟਾਂ ਮੰਗਣ ਆਵਾਂਗੇ, ਨਹੀਂ ਤਾਂ ਨਹੀਂ। ਤਾਂ ਹੀ ਅਸੀਂ ਇਹ ਪ੍ਰੋਸੈਸ ਆਪਣਾ ਸ਼ੁਰੂ ਕਰਤਾ ਅਤੇ ਬਹੁਤ ਜਲਦੀ ਤੁਸੀਂ ਇਹਨਾਂ ਨੂੰ ਸੜਕਾਂ ਨੂੰ ਅੱਜ ਵੀਡੀਓ ਬਣਾ ਕੇ ਲੈ ਜਾਓ ਅਤੇ ਦੋ ਸਾਲਾਂ ਦੇ ਵਿੱਚ ਸਾਰਾ ਮਹਾਰਾਜ ਕਰੇ ਕਿਰਪਾ, ਸਾਰਾ ਕਵਰ ਕਰਕੇ ਵਧੀਆ ਲੋਕਾਂ ਨੂੰ ਸਹੂਲਤਾਂ ਦੇਵਾਂਗੇ। ਧੰਨਵਾਦ।